ਬਠਿੰਡਾ ਪੁਲਿਸ ਦੇ ਵੰਨੀਓ ਇੱਕ ਵੱਖਰਾ ਉਪਰਾਲਾ ਕੀਤਾ ਗਿਆ। ਦਫ਼ਤਰਾਂ ਦੇ ਵਿੱਚ ਨਹੀਂ ਬਲਕਿ ਦਫ਼ਤਰ ਤੋਂ ਬਾਹਰ ਆ ਕੇ ਵੱਡੇ ਅਧਿਕਾਰੀ ਨੇ ਲੋਕਾਂ ਦੀਆਂ ਮੁਸੀਬਤਾਂ ਸੁਣ ਗਏ। ਇਸ ਵੇਲੇ ਬਠਿੰਡਾ ਦੇ ਵਿੱਚ ਆ ਬਠਿੰਡਾ ਪੁਲਿਸ ਦੇ SSP ਅਮਨੀਤ ਕੌਂਡਲ ਨੇ ਲੋਕਾਂ ਦੀਆਂ ਸ਼ਿਕਾਇਤਾਂ ਨੇ ਬਾਹਰ ਸਟੈਂਡਿੰਗ ਖੜ੍ਹ ਕੇ ਸੁਣ ਰਹੇ ਨੇ ਔਰ ਕਿਤੇ ਨਾ ਕਿਤੇ ਜਾ ਕੇ ਜਿਹੜੀ ਲੋਕਾਂ ਦੀ ਖੱਜਲ ਖੁਆਰੀ ਹੁੰਦੀ ਸੀ, ਲੋਕ ਦਫ਼ਤਰਾਂ ਦੇ ਬਾਹਰ ਬੈਠਦੇ ਸੀ, ਕਿਤੇ ਨਾ ਕਿਤੇ ਉਸ ਚੀਜ਼ ਤੋਂ ਜ਼ਰੂਰ ਫਰਕ ਪਏਗਾ। ਦੂਸਰਾ, ਲੋਕਾਂ ਦੇ ਵਿੱਚ ਵਿਸ਼ਵਾਸ ਬਣ ਰਿਹਾ, ਲੋਕ ਕਿਤੇ ਨਾ ਕਿਤੇ ਜਾ ਕੇ ਸਿੱਧੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਆਪਦੀਆਂ ਪ੍ਰੋਬਲਮਸ ਨੇ ਰੂਟੀਨ ਦੇ ਵਿੱਚ ਜਿਹੜੇ FIR ਹੋ ਰਹੀਆਂ ਨੇ ਜਾਂ ਜਿਸ ਵੀ ਕੇਸਾਂ ਦੀ ਸੁਣਵਾਈ ਹੁੰਦੀ ਹੈ ਉਹ ਖੁਦ ਬਠਿੰਡਾ ਪੁਲਿਸ ਦੇ SSP ਅਮਨੀਤ ਕੌਂਡਲ ਨੇ ਖੁਦ ਖੜ੍ਹ ਕੇ ਸਟੈਂਡਿੰਗ ਉਹਨਾਂ ਦੀ ਗੱਲਬਾਤ ਸੁਣਦੇ ਨੇ ਅਤੇ ਜਿਸ ਤਰ੍ਹਾਂ ਦੀ ਵੀ ਮੁਸ਼ਕਲ ਹੈ ਉਸਦਾ, ਜਿਸ ਤਰ੍ਹਾਂ ਦਾ ਸਮਾਧਾਨ ਕਰਨਾ, ਕੋਈ ਇਨਕੁਆਇਰੀ ਅੱਗੇ ਮਾਰਕ ਕਰਨੀ ਹੈ, ਉਸ ਤਰ੍ਹਾਂ ਦੇ ਪ੍ਰੋਗਰਾਮ ਨੇ ਜਿਹੜੇ ਉਹ ਕਿਤੇ ਨਾ ਕਿਤੇ ਕਰਦੇ ਨਜ਼ਰ ਆਉਣੇ। ਪਰ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਦੇ ਹਾਂ, ਹਾਲਾਂਕਿ ਸੁਣਵਾਈ ਹੈ ਜਿਹੜੀ ਉਹ ਕਿਸੇ ਨਾ ਕਿਸੇ ਮਾਮਲੇ 'ਚ ਚੱਲ ਰਹੀ। ਗੱਲਬਾਤ ਕਰਦੇ ਮੈਮ, ਸੌਰੀ ਤੁਹਾਨੂੰ ਡਿਸਟਰਬ ਕਰਨਾ ਚਾਹਾਂਗਾ। ਕਿੰਨਾ ਫਰਕ ਪੈਂਦਾ ਇਸ ਚੀਜ਼ ਦਾ ਜਦੋਂ ਲੋਕ ਸਿੱਧੇ ਆ ਕੇ ਤੁਹਾਡੇ ਨਾਲ ਗੱਲਬਾਤ ਕਰਨ, ਦਫ਼ਤਰ ਦੇ ਮਿਲਣ ਦੀ ਬਜਾਏ ਬਾਹਰ ਲੋਕਾਂ ਨੂੰ ਮਿਲ ਰਹੇ ਹੋ? ਦੇਖੋ ਜੀ, ਦਫ਼ਤਰ 'ਚ ਵੀ ਉਹ ਸਿੱਧਾ ਹੀ ਮਿਲਦੇ ਆ, ਮਤਲਬ ਮੇਰੇ ਲਈ ਕੋਈ ਡਿਫਰੈਂਸ ਨਹੀਂ ਹੈ। ਬਟ ਇੱਥੇ ਵੀ ਅਸੀਂ ਪਹਿਲਾਂ ਵੀ ਪਲਾਨ ਕਰ ਰਹੇ ਸੀਗੇ ਕਿ ਕਿਉਂਕਿ ਜ਼ਿਆਦਾ ਪਬਲਿਕ ਇੱਥੇ ਵੇਟਿੰਗ ਏਰੀਆ 'ਚ ਹੁੰਦੀ ਹੈ, ਬਟ ਸਾਨੂੰ ਇਹੀ ਡਾਇਰੈਕਸ਼ਨਸ ਹੈ CM ਪੰਜਾਬ ਵੱਲੋਂ ਵੀ ਔਰ ਸਾਡੇ DGP ਪੰਜਾਬ ਵੱਲੋਂ ਕਿ ਪਬਲਿਕ ਦੀ ਜਿਹੜੀ ਵੀ ਕੰਪਲੇਂਟਸ ਹੈ ਉਹਨਾਂ ਨੂੰ ਸਭ ਤੋਂ ਜ਼ਿਆਦਾ ਵੈਲਕਮ ਕਰੋ ਕਿ ਸਾਨੂੰ ਡਾਇਰੈਕਟ ਰਿਪੋਰਟਿੰਗ ਕਰਨ ਔਰ ਜਿੰਨੀ ਜਲਦੀ ਉਹਦਾ ਅਸੀਂ ਨਿਪਟਾਰਾ ਕਰ ਸਕਦੇ ਹਾਂ, ਉਹਨਾਂ ਦੀ ਰਿਡਰੈਸਲ ਕਰ ਸਕਦੇ, ਸਾਡੀ ਪ੍ਰਾਇਓਰਿਟੀ ਹੀ ਰਹਿੰਦੀ ਹੈ। ਬਟ ਯੈਸ, ਇੱਥੇ ਥੋੜ੍ਹਾ ਜਲਦੀ ਫਾਸਟ ਟਰੈਕ ਵੀ ਹੋ ਜਾਂਦਾ ਜੋ ਅੱਜ ਮੈਂ ਐਕਸਪੀਰੀਅੰਸ ਕੀਤਾ। ਲੱਗਦਾ ਨਹੀਂ ਵੀ ਕੰਮ ਸੌਖਾ ਨਿਬੜ ਜਾਂਦਾ ਅੱਗੇ? ਕਾਫੀ ਲੋਕ ਕਈ ਵਾਰੀ ਦਫ਼ਤਰ 'ਚ ਬੈਠਣ ਦੀ ਜਗ੍ਹਾ ਨਹੀਂ ਹੁੰਦੀ, ਕਈ ਵਾਰੀ ਪੰਚਾਇਤੀ ਬੰਦੇ ਜ਼ਿਆਦਾ ਆ ਜਾਂਦੇ ਨੇ, ਲੋਕ ਖੁਸ਼ ਨੇ ਇਸ ਚੀਜ਼ ਤੋਂ ਜੀ? ਹਾਂ, ਉਹ ਫਰਕ ਹੈ ਜੀ। ਹਾਂ, ਇੱਥੇ ਖੜ੍ਹੇ ਹੋ ਕੇ ਮੈਂ ਦੇਖ ਰਹੀ ਹਾਂ ਕਿ ਜਲਦੀ ਮੇਰੇ ਡਿਸਪੋਜ਼ਲ ਜਲਦੀ ਹੋ ਰਹੀ ਹੈ, ਬਾਕੀ ਖੁਸ਼ ਹੈ ਕਿ ਨਹੀਂ ਇਹ ਤਾਂ ਪਬਲਿਕ ਜ਼ਿਆਦਾ ਦੱਸ ਸਕਦੀ ਹੈ। ਮੇਰੇ ਲਈ ਡੈਫੀਨੇਟਲੀ ਮੇਰਾ ਟਾਈਮ ਸੇਵ ਹੋ ਰਿਹਾ ਹੈ। ਲੱਗਦਾ ਲੋਕ ਥੋੜ੍ਹੇ ਜਿਹੇ ਫਰੈਂਡਲੀ ਗੱਲ ਜ਼ਿਆਦਾ ਕਰਦੇ ਨੇ ਜਦੋਂ ਇਸ ਪੰਚਾਇਤ ਤੌਰ 'ਤੇ ਆਪਾਂ ਗੱਲਾਂ ਬਾਤਾਂ ਖੁੱਲੀਆਂ ਕਰਦੇ ਹਾਂ, ਦਫ਼ਤਰ ਥੋੜ੍ਹੀ ਹਿਚਕ ਹੁੰਦੀ ਹੈ ਕਿਤੇ ਨਾ ਕਿਤੇ ਲੋਕਾਂ ਨੂੰ ਗੱਲਬਾਤ ਦੱਸਣ ਦੇ ਵਿੱਚ, ਇਸ ਚੀਜ਼ ਦਾ ਫਰਕ ਪੈਂਦਾ? ਮੈਂ ਤਾਂ ਨਹੀਂ ਇੱਦਾਂ ਐਕਸਪੀਰੀਅੰਸ ਕੀਤਾ, ਬਾਕੀ ਤੁਹਾਨੂੰ ਪਬਲਿਕ ਜ਼ਿਆਦਾ ਦੱਸ ਸਕਦੀ ਹੈ। ਅੰਦਰ ਵੀ ਗੱਲ ਤਾਂ ਮੇਰੇ ਖਿਆਲ ਇੱਦਾਂ ਹੀ ਕਰਦੇ, ਬਟ ਇੱਥੇ ਜ਼ਿਆਦਾ ਲੋਕ ਇਕੱਠੇ ਮਿਲਣ ਦੇ ਉੱਥੇ ਲਿਮਿਟਡ ਜਾ ਸਕਦੇ, ਇਹ ਫਰਕ ਹੋਏਗਾ ਸ਼ਾਇਦ। ਜ਼ਿਆਦਾ ਕਿਸ ਤਰ੍ਹਾਂ ਦੀ ਸ਼ਿਕਾਇਤਾਂ ਮੈਮ ਲੋਕ ਲੈ ਕੇ ਆਉਂਦੇ ਨੇ, ਜ਼ਿਆਦਾ ਪਿੰਡਾਂ 'ਚ ਕਿਸ ਤਰ੍ਹਾਂ ਦੇ ਲੜਾਈ ਝਗੜੇ ਵਾਲੇ ਕੇਸ ਹੁੰਦੇ ਨੇ ਜਾਂ ਨੋਰਮਲ ਕਿਸ ਤਰ੍ਹਾਂ ਦੇ ਕੇਸਾਂ ਦੀ ਸੁਣਵਾਈ ਹੁੰਦੀ ਹੈ? ਦੇਖੋ ਜੀ, ਅੱਜ ਕੱਲ੍ਹ ਇਕਨੋਮਿਕ ਓਫੈਂਸਿਸ ਬਹੁਤ ਹੁੰਦੇ ਆ, ਔਨਲਾਈਨ ਫਰੋਡਸ ਹੈ, ਮੈਟ੍ਰੀਮੋਨੀਅਲ ਡਿਸਪਿਊਟ ਪਹਿਲਾਂ ਵੀ ਹੁੰਦੇ ਸੀਗੇ, ਅਤੇ ਜਿਹੜੇ ਰੂਰਲ ਏਰੀਆਜ਼ ਹੁੰਦੇ ਆ ਉੱਥੇ ਜ਼ਮੀਨੀ ਲੜਾਈਆਂ ਹੁੰਦੀਆਂ, ਮਤਲਬ ਹਰ ਤਰ੍ਹਾਂ ਦੇ ਅੱਜ ਕੱਲ੍ਹ ਹਰ ਤਰ੍ਹਾਂ ਦੇ ਕ੍ਰਾਈਮਸ ਹੈ, ਪਬਲਿਕ ਵੀ ਅਵੇਅਰ ਹੈ, ਵਿਚ ਇਜ਼ ਗੁੱਡ ਕਿ ਉਹ ਸਾਨੂੰ ਆ ਕੇ ਰਿਪੋਰਟ ਕਰਦੇ ਆ ਫਿਰ ਕੋਈ ਨਾ ਕੋਈ ਕਿਸੇ ਥ੍ਰੈਟ ਹੁੰਦੀ ਹੈ, ਜਾਂ ਜ਼ਿਆਦਾ ਮੈਟ੍ਰੀਮੋਨੀਅਲ ਕੇਸਿਸ ਕਾਫੀ ਹੁੰਦੇ ਆ ਦਫ਼ਤਰਾਂ 'ਚ ਜੋ ਅਸੀਂ ਦੇਖਦੇ ਹਾਂ। ਬਿਲਕੁਲ, ਬਠਿੰਡਾ ਪੁਲਿਸ ਦੇ SSP ਨੇ ਅਮਨੀਤ ਕੌਂਡਲ ਜਿਹੜੇ ਲੋਕਾਂ ਦੀਆਂ ਗੱਲਾਂ ਸੁਣਦੇ ਆ। ਮਾਤਾ, ਕਿਵੇਂ ਲੱਗਿਆ ਖੁਦ SSP ਆ ਕੇ ਤੁਹਾਡੀਆਂ ਗੱਲਾਂ ਬਾਤਾਂ ਸੁਣਦੇ ਨੇ, ਕਿਵੇਂ ਲੱਗਿਆ ਤੁਹਾਨੂੰ? ਸੁਣਦੇ ਆ ਵੀਰਾ, ਬਹੁਤ ਸਾਡੀ ਗੱਲ ਸੁਣਨਗੇ ਤਾਂ ਫੇਰ ਹੀ ਅਸੀਂ ਆਇਆ ਪਾਰ ਲੰਘਾਂਗੇ, ਉਹਨੇ ਚਿਰ ਅਸੀਂ ਪਾਰ ਹੀ ਨਹੀਂ ਲੰਘ ਸਕਦੇ। ਲੱਗਦਾ ਬਈ ਕਿ ਦਫ਼ਤਰ 'ਚ ਮਿਲਣ ਨਾਲੋਂ ਐਂ ਜਦੋਂ ਬੈਠ ਕੇ ਸੁਣਦੇ ਨੇ ਕੋਈ ਸੌਖਾ ਹੁੰਦਾ ਲੋਕਾਂ ਨੂੰ? ਹਾਂਜੀ ਹਾਂਜੀ, ਬਿਲਕੁਲ ਸੌਖਾ ਲੱਗਦਾ ਹੈ। ਹਾਂਜੀ, ਬਹੁਤ ਹੀ ਸੌਖਾ ਮਿਲਣਾ ਦਾ ਨਹੀਂ ਤਾਂ ਪਹਿਲਾਂ ਮੰਨ ਲਓ ਠੰਡਾ ਦੋ ਦੋ ਘੰਟੇ ਬੈਠੇ ਰਹਿੰਦੇ ਸੀ ਦਫ਼ਤਰਾਂ 'ਚ, ਕੋਈ ਸੁਣਵਾਈ ਨਹੀਂ ਹੁੰਦੀ ਸੀ, ਹੁਣ ਇਹ ਬਹੁਤ ਵਧੀਆ ਤਰੀਕਾ ਮੈਡਮ। ਕੀ ਲੱਗਦਾ ਕੰਟੀਨਿਊ ਹੋਣਾ ਚਾਹੀਦਾ ਇਸ ਤਰ੍ਹਾਂ, ਲੋਕ ਸੌਖੇ ਰਹਿਣ? ਇਸੇ ਤਰ੍ਹਾਂ ਹੋਣਾ ਚਾਹੀਦਾ, ਕਿਉਂਕਿ ਹਰੇਕ ਗਰੀਬ ਅਮੀਰ ਮਿਲ ਸਕਦਾ, ਸੌਖੇ ਤਰੀਕੇ ਨਾਲ ਮਿਲ ਸਕਦਾ। ਬਿਲਕੁਲ, ਵੱਖਰੀ ਪਹਿਲ ਜ਼ਰੂਰ ਬਠਿੰਡਾ ਪੁਲਿਸ ਵੱਲੋਂ ਕੀਤੀ ਗਈ ਹੈ, ਖਾਸ ਤੌਰ 'ਤੇ ਬਠਿੰਡਾ ਪੁਲਿਸ ਦੇ SSP ਨੇ ਅਮਨੀਤ ਕੌਂਡਲ ਖੁੱਲ੍ਹਾ ਦਰਬਾਰ ਲਾਇਆ ਔਰ ਲੋਕਾਂ ਨੂੰ ਮਿਲ ਰਹੇ ਨੇ, ਲੋਕਾਂ ਦੀਆਂ ਸ਼ਿਕਾਇਤਾਂ ਨੇ ਜਿਹੜੀਆਂ ਦਫ਼ਤਰ ਦੇ ਵਿੱਚ ਬੈਠਣ ਦੀ ਬਜਾਏ ਬਾਹਰ ਲੋਕਾਂ 'ਚ ਜਾ ਕੇ ਉਹਨਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ। ਬਠਿੰਡਾ ਤੋਂ ਸੂਰਜ ਭਾਨ, ਨਿਊਜ਼ 18 ਪੰਜਾਬ।